टाइम नहीं हैगा तो मम्मी जी तुहानू भी पता वा फिर तो दिन वार आया वा तो आना तो बनता ही ना भाई थोड़ा ही टाइम कढ़ के आओ आओ जरूर दिया है मैनू भी बड़ा चंगा लगा चल उन्होंने भी चंगा लगा होगा भी मम्मी डैडी आए आ ਮੇਰੀ ਸੱਸ ਠੀਕ ਖੁਸ਼ੀ ਸੀ ਸੱਸ ਤੇ ਠੀਕ ਸੀ ਤੇ ਜਠਾਣੀ ਮੈਨੂੰ ਆਂਦੀ ਸੀ ਵੀ ਤੁਸੀਂ ਕਿਉਂ ਇੰਨਾ ਖਰਚਾ ਕੀਤਾ ਤੇ ਮੈਂ ਖਰਚਾ ਤੀਆਂ ਪੁੱਤਾਂ ਵਾਸਤੇ ਕਰੀਦਾ ਵਾ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾ ਆਪਣਾ ਜਿਹੜਾ ਫੋਨ ਵਾ ਨਾ ਉਹ ਨਹੀਂ ਦੇਣਾ ਕਿਸੇ ਨੂੰ ਮੇਰੀ ਸੁਣ ਗੱਲ ਪਹਿਲਾਂ ਇੱਧਰ ਹੋ ਗਈ ਫਿਰ ਕਰੀ ਕੰਮ ਬਾਅਦ ਤੂੰ ਪਿੰਡ ਫੋਨ ਕਾ ਲਈ ਲਾਇਆ ਹੈ ਆਪਣੀ ਮੰਮੀ ਹੁਣਾਂ ਨੂੰ ਤੂੰ ਕੀਤਾ ਵਾ ਫੋਨ ਝੂਠ ਨਾ ਬੋਲਿਆ ਕਰ ਜੋਤ ਇੱਥੇ ਬੈਠੇ ਮੈਂ ਨਾ ਮਾੜਾ ਜਿਹਾ ਸ਼ਹਿਰ ਤੱਕ ਜਾਣਾ ਵਾ ਅਤੇ ਮੈਨੂੰ ਚਾਹ ਘੁੱਟ ਬਣਾ ਦਿਉ ਹਾਂ ਕੋਈ ਕੰਮ ਕਰਨ ਤਾਂ ਨਹੀਂ ਲੈ ਚਲ ਆ ਜਾਓ ਫਿਰ ਆ ਜਾਓ ਫੋਨ ਆ ਗਿਆ ਮੰਮੀ ਉਹਨਾਂ ਦਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਸੁੱਖ 'ਤੇ ਫੋਨ ਲਾਤਾ ਕੀ ਗੱਲ ਸੁੱਖੀ ਆ अच्छा अच्छा क्यों की गल की सलाह बनी हूँ टाइम नहीं हैगा क्यों तो मम्मी जी तुहानू भी पता वा भी तो दिन वार आया वा तो आना तो बनता ही ना भाई थोड़ा ही टाइम कढ़ के आओ आओ जरूर हुण मम्मी जी मेरी गल सुनो कल हुण उहदे मम्मी डैडी आए ही उन्हां दे सगों लत्त उत्तों दी हो जाणी है भी लै मेरी पहलां लोहड़ी आ गई है ਇਹਦੀ ਆਈ ਨਹੀਂ ਅੱਛਾ ਚਲੋ ਕੋਈ ਨਹੀਂ ਫਿਰ ਵੇਖ ਲਓ ਜੇ ਨਹੀਂ ਹੈਗਾ ਟਾਈਮ ਤੇ ਚਲੋ ਠੀਕ ਆ ਕੋਈ ਗੱਲ ਨਹੀਂ ਨਹੀਂ ਇਹਨਾਂ ਨੇ ਕੀ ਕਹਿਣਾ ਆ ਚਲੋ ਕੋਈ ਨਹੀਂ ਬਾਅਦ 'ਚ ਵੇਖ ਲਿਓ ਠੀਕ ਠੀਕ ਓਕੇ ਹੁਣ ਮੈਂ ਇਹਨਾਂ ਨੂੰ ਕੀ ਦੱਸੂੰਗੀ ਵੀ ਮੰਮੀ ਹੁਣ ਲੋਹੜੀ ਨਹੀਂ ਲੈ ਕੇ ਆਉਣਾ ਦਸ ਬੰਦਾ ਵਿੱਚੋਂ ਟਾਈਮ ਕੱਢ ਕੇ ਤਾਂ ਆ ਜਾਂਦਾ ਆ ਪਰ ਹੁਣ ਉੱਧਰ ਵੀ ਕੰਮ ਜ਼ਰੂਰੀ ਉੱਧਰ ਵੀ ਉਹਨਾਂ ਨੂੰ ਜਾਣਾ ਹੀ ਪੈਣਾ ਵਾ ਪਰ ਇਹਨਾਂ ਆਖਣਾ ਖਰੇ ਜਾਣ ਕੇ ਨਹੀਂ ਆਏ ਚੱਲ ਕੋਈ ਨਹੀਂ ਬਹਾਨਾ ਬੁਹਾਨਾ ਮਾਰ ਦੂੰਗੀ ਹੋਰ ਕੀ ਆ ਫਿਰ ਮੰਮੀ ਜੀ ਕੀ ਕਰਨ ਦੇ ਆ ਅਲਮਾਰੀ 'ਚ ਕੱਪੜੇ ਰੱਖ ਕੇ ਨਹੀਂ ਪਤਾ ਅੱਛਾ ਅੱਛਾ ਅਤੇ ਮੈਂ ਨਾ ਤੁਹਾਡੇ ਵੱਲ ਕੰਮ ਆਈ ਸੀ ਇੱਕ ਉਹ ਨਾ ਪਿੰਡੋਂ ਆਉਣਾ ਸੀ ਮੰਮੀ ਹੁਣਾਂ ਲੋਹੜੀ ਲੈ ਕੇ ਹਾਂ ਅਤੇ ਪਰ ਉਹ ਐਦਕਾਨਾਂ ਕੋ ਆਇਆ ਨਹੀਂਗਾ ਜਾਣਾ ਉਹ ਹੁਣ ਫੋਨ ਕਰਨ ਦੇ ਖਰੇ ਕੋਈ ਜ਼ਰੂਰੀ ਕੰਮ ਪੈ ਗਿਆ ਡੈਡੀ ਜੀ ਨੂੰ ਉਹਨਾਂ ਜਾਣਾ ਆ ਉੱਥੇ ਅੱਛਾ ਅੱਛਾ ਹਾਂਜੀ ਤੇ ਚੱਲ ਕੋਈ ਗੱਲ ਨਹੀਂ ਪੁੱਤ ਫਿਰ ਕਦੇ ਆ ਜਾਣਾ ਮਿਲਣ ਵਾਸਤੇ ਉਹੀ ਮੈਂ ਤੁਹਾਨੂੰ ਆਖਣੀ ਵੀ ਚੱਲ ਥੋੜ੍ਹਾ ਟਾਈਮ ਕੱਢ ਕੇ ਆ ਜਾਓ ਤੇ ਪਰ ਉਹ ਕੰਮ ਹੀ ਇਦਾਂ ਦਾ ਆ ਕਿ ਉਹਨਾਂ ਨੂੰ ਜਾਣਾ ਹੀ ਪੈਣਾ ਵਾ ਉੱਥੇ ਜੇ ਨਾ ਗਏ ਤਾਂ ਫਿਰ ਉਹ ਕੰਮ ਰਹਿ ਜਾਣਾ ਤੇ ਨਾ ਥੋੜ੍ਹਾ ਜਿਹਾ ਧੀਆਂ ਨੂੰ ਵੀ ਆਸ ਹੁੰਦੀ ਆ ਮਾਂ ਪਿਓ ਨੇ ਆਉਣਾ ਤੇ ਮਾਂ ਪਿਓ ਨੂੰ ਵੀ ਚਾਹ ਰਹੀ ਹੁੰਦੀ ਵੀ ਅਸੀਂ ਜਾਈਏ ਧੀ ਨੂੰ ਮਿਲਣ ਹਾਂਜੀ ਤੇ ਚੱਲ ਕਿਤੇ ਕੰਮ ਹੋਣਾ ਉਹਨਾਂ ਨੂੰ ਤਾਂ ਨਹੀਂ ਉਹਨਾਂ ਕੋਲ ਆਇਆ ਨਹੀਂ ਉਹ ਤਾਂ ਤਿਆਰ ਹੀ ਵੈਸੇ ਅੱਛਾ ਉਹ ਮੁੜ ਕੇ ਹੁਣ ਖਰੇ ਸਵੇਰੇ ਫੋਨ ਆਇਆ ਉਹਨਾਂ ਨੂੰ ਤੇ ਤਾਂ ਕਰਕੇ ਫਿਰ ਜਾਣਾ ਹੀ ਪੈਣਾ ਉਹਨਾਂ ਨੂੰ ਤੇ ਮੈਂ ਤੁਹਾਨੂੰ ਆਖਣੀ ਵੀ ਚਲੋ ਕੋਈ ਗੱਲ ਨਹੀਂ ਇੱਕ ਦੋ ਦਿਨ ਠਹਿਰ ਕੇ ਆਜੋ ਫਿਰ ਕੀ ਕੋਈ ਗੱਲ ਨਹੀਂ ਆ ਸਾਰਾ ਮਹੀਨਾ ਲੋਹੜੀ ਦਾ ਹੀ ਆ ਚਲ ਸਾਨੂੰ ਕਿਸੇ ਚੀਜ਼ ਦੀ ਭੁੱਖ ਥੋੜ੍ਹੀ ਆ ਹਾਂਜੀ ਸਭ ਕੁਝ ਦਿੱਤਾ ਪਰਮਾਤਮਾ ਨੇ ਚੱਲ ਇਹ ਆ ਕਿ ਧੀ ਨੂੰ ਮਿਲਣ ਆਉਣ ਤਾਂ ਵਧੀਆ ਲੱਗਦਾ ਆ ਹਾਂਜੀ ਚਲੋ ਉਹ ਤਾਂ ਹੋਈ ਦਿੰਦੇ ਆ ਮਾਂ ਪਿਓ ਹੋ ਹੀ ਜਾਂਦਾ ਵਾ ਤੇ ਮੈਂ ਚਲੋ ਮੰਮੀ ਜੀ ਨੂੰ ਦੱਸ ਦਿੰਦੀ ਆ ਕਿ ਤੇ ਆਖਣ ਨਾ ਵੀ ਲੈ ਵੀ ਆਏ ਨਹੀਂ ਆ ਪਿੰਡੋਂ ਨਹੀਂ ਨਹੀਂ ਚਲ ਕੋਈ ਨਹੀਂ ਮੈਂ ਤਾਂ ਕਰਕੇ ਤੁਹਾਨੂੰ ਦੱਸਣਾ ਹੀ ਵੀ ਉਹ ਕੰਮ ਜਿਹਾ ਪੈ ਗਿਆ ਜ਼ਰੂਰੀ ਤਾਂ ਕਰਕੇ ਤੇ ਕੋਈ ਨਹੀਂ ਇੱਕ ਦੋ ਦਿਨ ਤੱਕ ਆਖਣ ਦੇ ਆਵਾਂਗੇ ਚਲ ਫੇਰ ਆ ਜਾਣਾ ਮਿਲ ਜਾਣਗੇ ਸੋ ਤੈਨੂੰ ਨਾਲੇ ਹਾਂ ਹਾਂਜੀ ਨਾਲੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਆਇਆ ਨੂੰ ਉਹੀ ਨਾ ਤੇ ਮੈਂ ਵੇਖ ਲਾਂ ਕੋਈ ਕੰਮ ਚਲ ਕਰ ਲੈ ਕਰ ਲੈ ਹਾਂਜੀ ਆ ਗਈ ਮੈਂ ਬਸ ਰਸੋਈ ਚ ਨਹੀਂ ਕੋਈ ਕੰਮ ਕਰਨ ਵਾਲਾ ਆਜੋ ਆਜੋ ਆਉਣੀ ਜਿੱਥੇ ਨਾ ਆ ਘਰ ਤੇ ਮੈਂ ਨੂੰ ਦਿਲ ਨਹੀਂ ਨਾ ਕਰਦਾ ਤੇ ਅੱਜ ਤੇ ਮੇਰਾ ਨਾ ਮਨ ਜਿਹੜਾ ਖੁਸ਼ੀ ਨਾਲ ਭਰ ਗਿਆ ਵਾ ਰਮਨ ਨੇ ਕਿੜੀਆਂ ਕਿੜੀਆਂ ਵਧੀਆ ਗੱਲਾਂ ਕੀਤੀਆਂ ਵਾ ਮੇਰਾ ਇਰਾਦਾ ਮੈਂ ਰਮਨ ਨੂੰ ਆਵਾਜ਼ ਮਾਰ ਕੇ ਨਾ ਇਹਦੇ ਨਾਲ ਗੱਲਾਂ ਤੇ ਕਰਾਂ ਰਮਨ ਹਾਂਜੀ ਆ ਗਈ ਜੇ ਹਾਂਜੀ ਕੰਮ ਕੋਈ ਨਹੀਂ ਰਮਨ ਕੰਮ ਕਰਦਾ ਵਾ ਮੈਂ ਜਿਹੜਾ ਬਹੁਤ ਖੁਸ਼ ਹਾਂ ਹਾਂ ਕਿਹੜੀ ਗੱਲ ਇੰਨੀ ਖੁਸ਼ੀ ਆ ਗਈ ਤੁਹਾਨੂੰ ਜਿਹੜੀਆਂ ਤੂੰ ਉੱਥੇ ਗੱਲਾਂ ਕਰਕੇ ਆਈ ਆ ਨਾ ਮੈਨੂੰ ਤੇ ਬਹੁਤ ਖੁਸ਼ੀ ਹੁੰਦੀ ਆ ਚੱਲ ਕੋਈ ਨਹੀਂ ਇੱਕਦਮ ਤੋਂ ਬਦਲ ਗਈ ਆ ਇਨਸਾਨ ਕੋ ਗਲਤੀਆਂ ਹੋ ਹੀ ਜਾਂਦੀਆਂ ਵਾ ਪਹਿਲਾਂ ਮੈਂ ਜੋਤ ਨਾਲ ਇਦਾਂ ਕਰਦੀ ਰਹੀ ਹੁਣ ਮੇਰੇ ਵੀ ਮਨ ਵਿੱਚ ਆਇਆ ਵੀ ਹਾਏ ਉਹ ਵੀ ਨਿਆਣੀ ਆ ਉਹਨੂੰ ਵੀ ਇੱਕ ਮਾਂ ਦੀ ਲੋੜ ਵਾ ਤੁਹਾਨੂੰ ਵੀ ਬੱਚੇ ਦੀ ਲੋੜ ਵਾ ਤੇ ਚੱਲ ਉਹ ਸਾਡੀ ਧੀ ਆ ਤੇ ਅਸੀਂ ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰੀਏ ਰਮਨ ਜਿੱਦਾਂ ਦੇ ਤੂੰ ਉਹਦੇ ਨਾਲ ਵਿਹਾਰ ਕਰਦੀ ਹੁੰਦੀ ਸੀ ਨਾ ਤੇ ਮੈਂ ਨਹੀਂ ਸੋਚਿਆ ਜ਼ਿੰਦਗੀ 'ਚ ਵੀ ਤੂੰ ਬਦਲ ਜਾਏਂਗੀ ਇੱਕਦਮ ਇੰਨੀ ਛੇਤੀ ਨਹੀਂ ਨਹੀਂ ਸਦਾ ਦੇਣ ਇਹੋ ਜਿਹੇ ਨਹੀਂ ਰਹਿੰਦੇ ਮੈਨੂੰ ਅਕਲ ਹੀ ਹੁਣ ਆਈ ਆ ਵੀ ਉਹ ਤੇ ਵਿਚਾਰੀ ਅੱਗੇ ਕਰਮਾਂ ਦੀ ਮਾਰੀ ਸੀ ਤੇ ਮੈਂ ਉਹਨੂੰ ਹੋਰ ਤਸੀਹੇ ਦਿੰਦੀ ਰਹੀ ਹਾਂ
ਤੇ ਮੈਂ ਚੰਗਾ ਕੰਮ ਨਹੀਂ ਕੀਤਾ ਤੇ ਚੱਲ ਕੋਈ ਨਹੀਂ ਆਪਾਂ ਲੋਹੜੀ ਦੇ ਆਏ ਆ ਮੈਨੂੰ ਵੀ ਬੜਾ ਚੰਗਾ ਲੱਗਾ ਚੱਲ ਉਹਨੂੰ ਵੀ ਚੰਗਾ ਲੱਗਾ ਹੋਊਗਾ ਵੀ ਮੰਮੀ ਡੈਡੀ ਆਏ ਆ ਨਹੀਂ ਉਹਦੀ ਸੱਸ ਠੀਕ ਖੁਸ਼ੀ ਸੀ ਸੱਸ ਤੇ ਠੀਕ ਸੀ ਤੇ ਜਠਾਣੀ ਮੈਨੂੰ ਆਂਦੀ ਸੀ ਵੀ ਤੁਸੀਂ ਕਿਉਂ ਇੰਨਾ ਖਰਚਾ ਕੀਤਾ ਤੇ ਮੈਂ ਖਰਚਾ ਤੀਆਂ ਪੁੱਤਾਂ ਵਾਸਤੇ ਕਰੀਦਾ ਵਾ ਤੇ ਲੋਹੜੀ ਸੀ ਦਿਨ ਦਿਹਾਰ ਸੀ ਉਹ ਵੀ ਵੇਂਦੀ ਸੀ ਵੀ ਕੋਈ ਆਵੇ ਤੇ ਮੈਂ ਆਉਣਾ ਸੀ ਫਿਰ ਅਸੀਂ ਤੇ ਇਹਦੇ ਡੈਡੀ ਨੇ ਮੈਨੂੰ ਕਿਹਾ ਵੀ ਚੱਲੀਏ ਤੇ ਮੈਂ ਅਸੀਂ ਉਸੇ ਵੇਲੇ ਸ਼ਹਿਰ ਗਏ ਸਮਾਨ ਲੈ ਕੇ ਤੇ ਫਿਰ ਅਗਲੇ ਦਿਨ ਅਸੀਂ ਇੱਥੇ ਆ ਗਏ ਤੇ ਚੱਲ ਕੋਈ ਨਹੀਂ ਲੋਹੜੀ ਦੇ ਕੇ ਆਉਂਦੇ ਹਾਂ ਗਲਤੀਆਂ ਪਰਿਵਾਰ ਬੜਾ ਵਧੀਆ ਮਿਲ ਗਿਆ ਵਾ ਜਿੱਦਾਂ ਜੋਤ ਹੈਗੀ ਸੀ ਨਾ ਉਹਨਾਂ ਨੇ ਕਿੰਨਾ ਖਰਚਾ ਲਾਇਆ ਤੇ ਖਰਚਾ ਲਾ ਕੇ ਉਹਨੂੰ ਠੀਕ ਕੀਤਾ ਚੱਲ ਮਾੜਾ ਮੋਟਾ ਹੰਗਾਰਾ ਤੇ ਉਹ ਭਰਦੀ ਆ ਨਾ ਹੁਣ ਹੌਲੀ ਹੌਲੀ ਬੋਲਣ ਵੀ ਡੈ ਪੂਗੀ ਚੱਲ ਆਪਣੇ ਦਿਲ ਦੀ ਗੱਲ ਜਿਹੜੀ ਹੋਊਗੀ ਸਾਨੂੰ ਦੱਸੂਗੀ ਆਪਣੇ ਉੱਥੇ ਵਾਲੇ ਪਰਿਵਾਰ ਨੂੰ ਦੱਸੂਗੀ ਅੱਜ ਹੋਰ ਭਲਕੇ ਹੋਰ ਹੋ ਜੂਗੀ ਉਹ ਰਮਨ ਉਹ ਤੇ ਉਹਦੇ ਕਰਮ ਅਸੀਂ ਕਦੀ ਸੋਚਿਆ ਸੀ ਵੀ ਏਡੇ ਸੌਖੇ ਘਰ ਚੱਲ ਜੂਗੀ ਸਹੀ ਗੱਲ ਵਾ ਮੈਂ ਵੀ ਬੜੀਆਂ ਰੁਕਾਵਟਾਂ ਪਾਈਆਂ ਸੀ ਵੀ ਇਹਦਾ ਰਿਸ਼ਤਾ ਉੱਥੇ ਨਾ ਹੋਵੇ ਪਰ ਉਦੋਂ ਮੈਂ ਗਲਤ ਹਾਂ ਮੈਂ ਅਜੇ ਸੋਚਿਆ ਹੀ ਨਹੀਂ ਵੀ ਸਾਡੀ ਧੀ ਆ ਜੇ ਇਹ ਸੌਖੀ ਰਹੂਗੀ ਨਾ ਤੁਹਾਨੂੰ ਵੀ ਖੁਸ਼ੀ ਮਿਲੂਗੀ ਬਾਕੀ ਰਮਨ ਰਜਿੰਦਰ ਭਾਅ ਜੀ ਵਧੀਆ ਸੀ ਅਸੀਂ ਇਕੱਠੇ ਪੜ੍ਹਦੇ ਸੀ ਤੇ ਚੱਲ ਉਹਨਾਂ ਵੀ ਇੱਜ਼ਤ ਰੱਖੀ ਮੇਰੀ ਚਲੋ ਜੋ ਉਹਨਾਂ ਨਾਲ ਗੱਲਬਾਤ ਹੋਈ ਤੇ ਜੇ ਨਾ ਉਦਾਂ ਦੀ ਗੱਲਬਾਤ ਹੁੰਦੀ ਤੇ ਅਗਲੇ ਕਹਿੰਦੇ ਵੀ ਅਸੀਂ ਕਿਉਂ ਰਿਸ਼ਤਾ ਕਰੀਏ ਗੁੰਗੀ ਤੇ ਹੈਗੀ ਹੈ ਨਹੀਂ ਉਹ ਵੀ ਜ਼ਬਾਨ ਦੇ ਪੱਕੇ ਨਿਕਲੇ ਨਹੀਂ ਤੇ ਸੋਚਦੇ ਕੁੜੀ ਗੁੰਗੀ ਆ ਤੇ ਮੈਂ ਰਿਸ਼ਤਾ ਕਿਉਂ ਕਰਾਂ ਮੇਰਾ ਮੁੰਡਾ ਪੜ੍ਹਿਆ ਲਿਖਿਆ ਵਾ ਪਰ ਉਹਨਾਂ ਨੇ ਵੀ ਨਾ ਆਪਣੀ ਜ਼ਬਾਨ ਤੇ ਫੁੱਲ ਚੜਾਏ ਵੀ ਜਿਹੜੀ ਗੱਲ ਮੈਂ ਕੀਤੀ ਆ ਨਾ ਉਹ ਮੈਂ ਪੂਰੀ ਨਿਭਾਉਣੀ ਆ ਚੱਲ ਵਧੀਆ ਹੋ ਗਿਆ ਰਮਨ ਸਭ ਕੁਛ ਚੱਲ ਇਹ ਆ ਵੀ ਠੀਕ ਠਾਕ ਹੋ ਜੇ ਨਾ ਸਾਡੇ ਵਾਸਤੇ ਇੰਨੀ ਬੜੀ ਖੁਸ਼ੀ ਦੀ ਗੱਲ ਵਾ ਬਿਲਕੁਲ ਇਹ ਤੇ ਹੈ ਹੀ ਆ ਗੱਲਬਾਤ ਕਰੂਗੀ ਸਾਡੇ ਨਾਲ ਵੀ ਕਰੂ ਆਪਣੇ ਪਰਿਵਾਰ ਨਾਲ ਵੀ ਕਰੂ ਚੱਲ ਦੱਸੂਗੀ ਆਪਣਾ ਦੁੱਖ ਸੁੱਖ ਉਹੀ ਤੇ ਗੱਲ ਵਾ ਹੁਣ ਉਹਦੇ ਵੀ ਅੰਦਰ ਕੀਤਾ ਕਿੰਨੀਆਂ ਕੁ ਗੱਲਾਂ ਵਾ ਦੱਸ ਥੋੜਾ ਸਕਦੀ ਆਪਣਾ ਦੁੱਖ ਕਿਸੇ ਨੂੰ ਉਹ ਬਿਲਕੁਲ ਬਿਲਕੁਲ ਬਾਕੀ ਅਸੀਂ ਵੀ ਮੈਂ ਵੀ ਚੱਲ ਤੰਗੀ ਦਿੱਤੀ ਉਹਨੂੰ ਉਹ ਵੀ ਇਹਦੇ ਅੰਦਰ ਹੋਊਗਾ ਵੀ ਮੰਮੀ ਇਦਾਂ ਕਰਦੀ ਆ ਤੁਹਾਨੂੰ ਵੀ ਇਸ਼ਾਰਿਆਂ ਨੇ ਮਾੜਾ ਮੋਟਾ ਦੱਸਦੀ ਸੀ ਨਾ ਬੋਲ ਕੇ ਥੋੜਾ ਦੱਸ ਸਕਦੀ ਵੀ ਕੀ ਮੈਂ ਕਿਹਾ ਵਾ ਕੀ ਗੱਲਬਾਤ ਆ ਆਹੋ ਇਹ ਤੇ ਗੱਲ ਤੇਰੀ ਸਹੀ ਹੈ ਹਾਂ ਚੱਲ ਕੋਈ ਨਹੀਂ ਤੁਸੀਂ ਹੁਣ ਫਿਕਰ ਨਾ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਚੱਲ ਠੀਕ ਆ ਮੈਨੂੰ ਨਾ ਸਮਝ ਨਹੀਂ ਆਉਂਦੀ ਕਿ ਰਮਨ ਦਾ ਸੁਭਾਅ ਯਕਦਮ ਕਿਉਂ ਇੱਦਾਂ ਚੇਂਜ ਹੋ ਗਿਆ ਵਾ ਇਹਨੇ ਤਾਂ ਟੁੱਟ ਟੁੱਟ ਪੈਂਦੀ ਹੁੰਦੀ ਸੀ ਜਦੋਂ ਮੈਂ ਕਿਤੇ ਨਾਲ ਲੈ ਲੈਣਾ ਅਤੇ ਅਸੀਂ ਜੋਤ ਕੋਲ ਜਾਣਾ ਵਾ ਅਤੇ ਇਹਨੇ ਲੜਾਈ ਸ਼ੁਰੂ ਕਰ ਦੇਣੀ ਮਹਾਰਾਜ ਵੱਲੋਂ ਮਤ ਚੰਗੀ ਪੈ ਗਈ ਇਹਨੂੰ ਚਲੋ ਵਧੀਆ ਅਮਰਜੋਤ ਲਿਆਓ ਚਾਹ ਬਹਿ ਜਾਓ ਆਪਣੇ ਵਾਸਤੇ ਲਿਆਉਣੀ ਸੀਗੀ ਮੇਰੀ ਗੱਲ ਸੁਣੋ ਉਹਦੇ ਮੰਮੀ ਹੁਣੇ ਆਏ ਸੀ ਅਤੇ ਰਸੋਈ 'ਚ ਖਲੋਤੇ ਸੀ ਤੁਹਾਡੇ ਲਾਗੇ ਅਤੇ ਕੋਈ ਗੱਲਬਾਤ ਕਰਦੇ ਕਹਿੰਦੇ ਤਾਂ ਨਹੀਂ ਕੁਛ ਚੱਲ ਠੀਕ ਆ ਮੈਨੂੰ ਇਹੀ ਮੈਂ ਉੱਥੇ ਖਲੋਤੇ ਤੁਹਾਡੇ ਲਾਗੇ ਤਾਂ ਕੁਛ ਕਹਿੰਦੇ ਨਾ ਹੋਣ ਅਤੇ ਹੋਰ ਬਾਕੀ ਸਭ ਕੁਛ ਠੀਕ ਠਾਕ ਹੋਣਾ ਕੋਈ ਹੋਰ ਤਾਂ ਨਹੀਂ ਗੱਲ ਹੋਈ ਮੁੜ ਕੇ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾ ਆਪਣਾ ਜਿਹੜਾ ਫੋਨ ਵਾ ਨਾ ਉਹ ਨਹੀਂ ਦੇਣਾ ਕਿਸੇ ਨੂੰ ਠੀਕ ਆ ਨਾ ਕਿਉਂ ਮੁੜ ਕੇ ਕਿਸੇ ਦੇ ਮਨ ਦਾ ਕੀ ਪਤਾ ਵੀ ਕੋਈ ਘਰ 'ਚ ਕਿੱਦਾਂ ਦਾ ਨਹੀਂ ਬਾਕੀ ਚਲੋ ਹੈ ਤਾਂ ਮੈਨੂੰ ਯਕੀਨ ਆ ਸਾਰਿਆਂ 'ਤੇ ਪਰ ਜਿਹੜੀ ਗਲਤੀ ਅਸੀਂ ਨਹੀਂ ਕੀਤੀ ਜੇ ਉਹਦਾ ਵੀ ਨਾਂ ਸਾਡੇ 'ਤੇ ਲੱਗੇ ਤਾਂ ਫਿਰ ਸਾਡਾ ਸਾਵਧਾਨ ਹੋਣਾ ਤਾਂ ਜ਼ਰੂਰੀ ਹੈ ਨਾ ਹੈ ਨਾ ਅਤੇ ਇੱਕ ਕੰਮ ਕਰਿਓ ਮੈਂ ਨਾ ਸ਼ਹਿਰ ਜਾਣਾ ਵਾ ਅਤੇ ਮੇਰੇ ਕੱਪੜੇ ਜ਼ਰੂਰ ਕੱਢ ਦਿਓ ਮੈਂ ਪਾ ਕੇ ਜਾਊਂਗਾ ਅਤੇ ਨਾਲੇ ਕੁਛ ਮੰਗਾਉਣਾ ਸ਼ਹਿਰੋਂ ਠੀਕ ਹੈ ਜੇ ਕੋਈ ਮੰਗਾਉਣਾ ਹੋਊਗਾ ਨਾ ਤਾਂ ਲਿਸਟ 'ਤੇ ਲਿਖ ਦਿਓ ਅਤੇ ਮੈਂ ਲੈ ਦੂੰਗਾ ਬਿਸ਼ਾ ਕੇ ਜੇ ਬਾਅਦ 'ਚ ਵੀ ਚੇਤਾ ਆਊਗਾ ਨਾ ਤਾਂ ਮਗਰ ਮੈਸੇਜ ਕਰ ਦਿਓ ਮੈਨੂੰ ਵਟਸਐਪ 'ਤੇ ਠੀਕ ਹੈ ਤੁਸੀਂ ਮੇਰੇ ਕੱਪੜੇ ਕਰ ਦਿਓ ਤਿਆਰ ਫਿਰ ਵੀ ਲੋਹੜੀ ਲੈ ਕੇ ਆਏ ਟਾਈਮ ਨਾਲ ਦਿਨ ਵਿਆਹ ਇਹਨਾਂ ਦਾ ਕਿੱਦਾਂ ਦਾ ਕੰਮ ਆ ਇਹ ਨੀ ਪਤਾ ਕੀ ਕੋ ਜਾਣਾ ਦਿਨ ਦਿਹਾ ਤੇ ਬੰਦਾ ਹੁੰਦਾ ਹੀ ਨਾ ਉਹ ਠੀਕ ਆ ਮੰਨ ਗਏ ਗੱਲ ਤੇਰੀ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਐਡੀ ਮਜਬੂਰੀ ਆ ਜਾਣ ਕੇ ਲੋਕੇ ਪਖੰਡ ਕਰਦੇ ਮੇਰੀ ਗੱਲ ਸੁਣੋ ਲੋਕਾਂ ਨੇ ਕਹਿਣਾ ਆ ਕਿ ਭਾਜੀਆਂ ਬਸ ਖਾਣੇ ਗਿੱਜੇ ਵੰਡਣ ਨਹੀਂ ਉਹ ਚੱਲ ਕੋਈ ਗੱਲ ਨਹੀਂ ਉਹ ਆਪਣੇ ਕੋਲੋਂ ਲਿਆ ਕੇ ਵੰਡਦੇ ਲੱਡੂ ਹੀ ਆ 10 ਕਿਲੋ ਐਵੇਂ ਹੁਣ ਜੋ ਦੀ ਜਦ ਵੰਡਣੀ ਆ ਆਖਣਗੇ ਛੋਟੀ ਦੀ ਆ ਗਈ ਤਾਂ ਵੱਡੀ ਦੀ ਆਈ ਨਹੀਂ ਉਹ ਕੋਈ ਗੱਲ ਨਹੀਂ ਲੋਹੜੀ ਤੇ ਭੁੱਖੇ ਆ ਅਸੀਂ ਯਾਰ ਫਿਰ ਕਹਿੰਦੇ ਚੰਗੇ ਲੱਗਦੇ ਕਿਸੇ ਨੂੰ ਉਹਨਾਂ ਨੂੰ ਕੀ ਕਹੀਏ ਵੀ ਲੋਹੜੀ ਲੈ ਕੇ ਆਓ ਹੁਣ
ਨਹੀਂ ਨਹੀਂ ਇਹ ਗੱਲ ਤੇ ਨਹੀਂ ਚੰਗੇ ਲੱਗਦੇ ਕਹਿੰਦੇ ਮੈਂ ਤੇ ਇਹਨਾਂ ਨੂੰ ਵੀ ਮਨਾ ਕੀਤਾ ਭਾਜੀ ਪਰ ਮੈਂ ਉਹਦੇ ਮਾਪੇ ਦੀ ਸਮਝ ਦੀ ਗੱਲ ਕਰਨ ਦੀ ਆ ਉਹ ਠੀਕ ਆ ਹੋ ਸਕਦਾ ਕੋਈ ਉਹਨਾਂ ਨੂੰ ਕੰਮ ਪੈ ਗਿਆ ਹੋਵੇ ਅੱਗੋਂ ਪਿੱਛੋਂ ਆਪੇ ਆ ਜਾਣਗੇ ਕੋਈ ਗੱਲ ਨਹੀਂ ਆਹੋ ਚਲੋ ਇਦਾਂ ਹੀ ਆ ਜਾਣਗੇ ਬਾਅਦ ਚ ਟੈਨਸ਼ਨ ਨਹੀਂ ਲਈ ਦੀ ਠੀਕ ਠੀਕ ਹਾਂ ਤੇ ਪੀਣੀ ਚਾਹ ਰਿਹਾ ਪਾਪਾ ਲੈ ਆਓ ਠੰਡ ਵਾ ਬਣਾਓ ਕੁੱਟੋ ਠੀਕ ਜਾਣਾ ਸ਼ੋਰੂਮ ਜਾਣਾ ਵਾ ਲਵਲੀ ਹੋਣੀ ਕਿੱਥੇ ਆ ਉਹਨਾਂ ਨੂੰ ਬੁਲਾ ਨਾਲੇ ਲਵਲੀ ਹੋਣੀ ਵੀ ਇੱਥੇ ਆਪਣੇ ਆਪਣੇ ਰੂਮ 'ਚ ਹੀ ਹੋਣੇ ਨਾਲੇ ਇੱਦਾਂ ਕਰ ਹਾਂਜੀ ਉਹਨੂੰ ਜੋਤ ਨੂੰ ਭੇਜੋ ਠੀਕ ਆ ਉਹਨੂੰ ਬੁਲਾਇਓ ਹਾਂ ਲਿਆਉਂਦੀ ਆਵਾਜ਼ ਮਾਰ ਜੋਤ ਬਾਜਾ ਟੈਸਟ ਦੀ ਹੋ ਗਈ ਹੈ ਤਿਆਰੀ ਠੀਕ ਚੱਲਣ ਡੇ ਆ ਪੜ੍ਹਾਈ ਜੇ ਕੋਈ ਬੁੱਕਸ ਵਗੈਰਾ ਚਾਹੀਦੀਆਂ ਨਾ ਮੈਨੂੰ ਦੱਸ ਦੀ ਮੈਂ ਜੋਬਨ ਨੂੰ ਕਹਿ ਦਿੰਦਾ ਹੋਰ ਕੋਈ ਚੀਜ਼ ਤਾਂ ਨਹੀਂ ਚਾਹੀਦੀ ਚੱਲ ਠੀਕ ਆ ਧਿਆਨ ਦੇ ਪੜ੍ਹਾਈ 'ਤੇ ਚੰਗਾ ਹਰਪਿੰਦਰ ਬੈਠੀ ਆ ਹਾਂਜੀ ਬੈਠੀ ਆ ਜੋ ਮੇਰੀ ਗੱਲ ਸੁਣ ਮੈਂ ਗੱਲ ਕਰਨੀ ਸੀ ਤੇਰੇ ਨਾਲ ਇੱਕ ਹਾਂਜੀ ਦੱਸੋ ਉਹ ਜੋਤ ਦੇ ਮੰਮੀ ਡੈਡੀ ਵੀ ਹੋ ਗਏ ਆ ਕਿੰਨਾ ਸਮਾਨ ਲੈ ਕੇ ਆਏ ਆ ਤੇ ਮੰਮੀ ਡੈਡੀ ਆਏ ਨਹੀਂ ਆ ਤੇ ਚਲੋ ਫਿਰ ਕੀ ਦੇ ਗਈ ਉਹਦੀ ਪਹਿਲੀ ਲੋਹੜੀ ਸੀ ਆਉਂਦੀ ਰਹੀ ਮੇਰੀ ਹਰ ਸਾਲ ਉਹ ਪਹਿਲੀ ਦੀ ਨਹੀਂ ਗੱਲ ਤੂੰ ਘਰ ਬਾਹਰ ਵੀ ਵੇਖਣਾ ਉਹਨਾਂ ਦਾ ਮਾਤੜੋ ਬੰਦੇ ਆ ਘੱਟੋ ਘੱਟ ਵੀ ਤੇ 20,000 ਰੁਪਇਆ ਲਾ ਕੇ ਗਏ ਚਲੋ 20 ਲਾ ਗਏ ਭਾਵੇਂ 50 ਲਾ ਜਾਂਦੇ ਤੇ ਲਾਉਣ ਦਾ ਉਹਨਾਂ ਦਾ ਹੱਕ ਬਣਦਾ ਸੀ ਮੇਰੀ ਗੱਲ ਸੁਣ ਉਦਾਂ ਹੀ ਆ ਜਾਂਦੇ ਚੱਲ ਪੈਸੇ ਦੇ ਜਾਂਦੇ ਨਹੀਂ ਸਮਾਨ ਲਿਆਉਣਾ ਕੋਈ ਤੇ ਉਹ ਮੈਂ ਕੀਤਾ ਸੀ ਫੋਨ ਮੰਮੀ ਹੁਣਾਂ ਨੂੰ ਸਵੇਰੇ ਡੇ ਹੀ ਫੋਨ ਕਰਨ ਆਹੋ ਆਖਣ ਦੇ ਕਿ ਤਿਆਰ ਹੋਏ ਸੀ ਬਸ ਇੱਧਰ ਨੂੰ ਆਉਣ ਹੀ ਲੱਗੇ ਸੀ ਉਹ ਡੈਡੀ ਜੀ ਨੂੰ ਪੈ ਗਿਆ ਕਿਤੇ ਕੰਮ ਉਹ ਚ ਲੱਗੀ ਉਧਰ ਯਾਰ ਕਿੱਡਾ ਕੁ ਵੱਡਾ ਕੰਮ ਸੀ ਕਿਤੇ ਜਿਹੜਾ ਕੰਮ ਕੋਈ ਨਹੀਂ ਬਾਕੀ ਸਾਰਾ ਮਹੀਨਾ ਲੋੜੀ ਦੇ ਚੱਲਣ ਦਿਆ ਵਾ ਐਡੀ ਕੋਈ ਗੱਲ ਵੀ ਨਹੀਂ ਹੈ ਕਿ ਜੇ ਅੱਜ ਨਾ ਆ ਜਾਊ ਹੋਰ ਦੋ ਦਿਨਾਂ ਨੂੰ ਆ ਜਾਣਗੇ ਉਹ ਯਾਰ ਸਾਰੇ ਤੇ ਹੋ ਗਏ ਆ ਹੈ ਉਹ ਮੇਰੀ ਗੱਲ ਸੁਣ ਇੱਕ ਤੇ ਦਿਨ ਰਹਿ ਗਿਆ ਵਾ ਆਉਣਾ ਕਦੋਂ ਉਹਨਾਂ ਨੇ ਪਹਿਲੀ ਤਰੀਕ ਨੂੰ ਤਾਂ ਕੋਈ ਨਹੀਂ ਚਲੋ ਆ ਜਾਣਗੇ ਉਹਨਾਂ ਕਿਹਾ ਕਿਹੜਾ ਕਿਹਾ ਵਾ ਵੀ ਆਪਾਂ ਨਹੀਂ ਆਉਣਾ ਸਾਰਾ ਮਹੀਨਾ ਲੋੜੀ ਦੇ ਚੱਲਣ ਦਿਆ ਵਾ ਅੱਜ ਨਾ ਆ ਜਾਊ ਹੋਰ ਦੋ ਦਿਨਾਂ ਨੂੰ ਆ ਜਾਣਗੇ ਉਹ ਮੇਰੀ ਗੱਲ ਸੁਣ ਘਰਦਿਆਂ ਨੇ ਗੱਲਾਂ ਕਰਨ ਨੂੰ ਮੁੜ ਕੇ ਹਟਣਾ ਉਹਨਾਂ ਨੇ ਕਿਹਾ ਆ ਜਾਇਓ ਹੁਣ ਭਾਵੇਂ ਪਰਸੋਂ ਨੂੰ ਹੀ ਆ ਜਾਇਓ ਉਹ ਮੇਰੀ ਗੱਲ ਸੁਣੋ ਮੈਂ ਮੰਮੀ ਜੀ ਨੂੰ ਦੱਸਤਾ ਵਾ ਕਿ ਇਦਾਂ ਕਰਕੇ ਉਹਨਾਂ ਨੂੰ ਪੈ ਗਿਆ ਵਾ ਕਿਤੇ ਕੰਮ ਉੱਥੇ ਜਾਣਾ ਪੈਣਾ ਵਾ ਤੇ ਕੋਈ ਨਹੀਂ ਉਹ ਕਹਿੰਦੇ ਕਿ ਇੱਕ ਦੋ ਦਿਨ ਤੱਕ ਆਪਾਂ ਆਵਾਂ ਅੱਗੋਂ ਪਿੱਛੋਂ ਤੇ ਯਾਰ ਕੋਈ ਕੰਮ ਪਿਆ ਨਹੀਂ ਅੱਜ ਹੀ ਪੈਣਾ ਹੈ ਤੇ ਗ੍ਰਿਸਤੀ ਆ ਗ੍ਰਿਸਤੀ ਦੇ ਵਿੱਚ ਕੁਝ ਵੀ ਹੋ ਸਕਦਾ ਕੋਈ ਵੀ ਕੰਮ ਪੈ ਸਕਦਾ ਉਹ ਮੈਨੂੰ ਤੇ ਉਹਨਾਂ ਦੀ ਆਉਂਦੀ ਆ ਵੀ ਵੇਖ ਲੈ ਵੀ ਘਰ ਵੀ ਕੁਝ ਨਹੀਂ ਖਾਣ ਨੂੰ ਤੇ 20,000 ਦਾ ਸਮਾਨ ਦੇ ਗਏ ਅਗਲੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਉਹਦਾ ਕਰਕੇ ਨਾ ਤਾਂ ਮੈਨੂੰ ਬਹੁਤੀਆਂ ਗੱਲਾਂ ਨਾ ਕਰੀ ਜਾਓ ਉਹ ਮੇਰੀ ਗੱਲ ਸੁਣੋ ਗੱਲਾਂ ਮੈਂ ਨਹੀਂ ਕਰਨੀਆਂ ਘਰਦਿਆਂ ਨੇ ਕਰਨੀਆਂ ਵਾ ਠੀਕ ਆ ਨਾ ਘਰਦਿਆਂ ਨੇ ਕਿਹੜੀ ਗੱਲੋਂ ਕਰਨੀ ਘਰਦਿਆਂ ਨੇ ਕਰਨੀਆਂ ਨਹੀਂ ਉਹਨਾਂ ਨੇ ਕਹਿਣਾ ਵੀ ਪਹਿਲਾਂ ਉਦਾਂ ਮਿਹਣੇ ਮਾਰਦੀ ਰਹਿੰਦੀ ਆ ਵੀ ਉਹਦੇ ਜੋਤ ਦੇ ਇੱਦਾਂ ਵਾ ਸਾਡੇ ਘਰ ਦੇ ਪਿਛਲੇ ਇੱਦਾਂ ਵਾ ਤੇ ਲੋਹੜੀ ਲੈ ਕੇ ਉਹਨਾਂ ਕੋਲ ਆਇਆ ਨਹੀਂ ਗਿਆ ਮੇਰੀ ਗੱਲ ਸੁਣੋ ਜਦੋਂ ਪਹਿਲੀ ਲੋਹੜੀ ਆਈ ਸੀ ਨਾ ਸਾਰਿਆਂ ਦੇ ਕੱਪੜੇ ਆਏ ਸੀ ਨਾਲ ਸਾਰਾ ਸਮਾਨ ਵੀ ਨਾਲ ਆਇਆ ਭਾਜੀ ਵੀ ਨਾਲ ਆਈ ਸੀ ਪਹਿਲੀ ਦੇ ਕੇ ਗਿਆ ਤੇ ਦੂਜੀ ਵਾਰੀ ਕਿਉਂ ਗਏ ਉਹਨਾਂ ਨੂੰ ਫਿਰ ਉਹ ਗੱਲਾਂ ਬਾਰ ਬਾਰ ਹਰ ਸਾਲ ਹੀ ਹੁੰਦੀ ਰਹੀ ਆ ਉਹ ਜਾਨ ਜੀ ਉਹਦੀ ਯਾਦ ਕਾ ਗਈ ਤੇ ਤੁਸੀਂ ਮੈਨੂੰ ਗੱਲਾਂ ਉਹਨਾਂ ਨੇ ਕਿਹਾ ਪਰਸੋਂ ਹੁਣ ਹੋਇਓ ਬਸ ਉਹਦੇ ਵੱਲ ਦੀ ਗੱਲ ਕਰੀ ਜਾਂਦੇ ਉਹਦੀ ਭਾਜੀ ਆ ਗਈ ਉਹਦੀ ਭਾਜੀ ਆ ਗਈ ਆਪਣਾ ਪਿਛਲਾ ਚੇਤਾ ਹੀ ਭੁਲਾ ਲਿਆ ਕਿ ਜਿਹੜਾ ਸਾਨੂੰ ਮਿਲਦੇ ਰਹੇ ਆ ਜੇ ਐਦਕਾਂ ਨਹੀਂ ਆਏ ਕੋਈ ਅਗਲੇ ਨੂੰ ਕੰਮ ਪੈ ਗਿਆ ਹੋਊਗਾ ਤੇ ਫਿਰ ਜਾਣ ਕੇ ਉਦਾਂ ਹੀ ਗੱਲਾਂ ਕਰਨ ਦੀ ਆਦਤ ਪਈ ਆ ਮੇਰੀ ਸੁਣ ਗੱਲ ਪਹਿਲਾਂ ਇੱਧਰ ਹੋ ਗਏ ਫਿਰ ਕਰੀ ਕੰਮ ਬਾਅਦ 'ਚ ਤੂੰ ਪਿੰਡ ਫੋਨ ਕਾਹਲੀ ਲਾਇਆ ਹੈ ਆਪਣੀ ਮੰਮੀ ਹੋਣਾਂ ਨੂੰ ਤੂੰ ਕੀਤਾ ਵਾ ਫੋਨ ਝੂਠ ਨਾ ਬੋਲਿਆ ਕਰ ਨਹੀਂ ਸਾਰੇ ਟੱਬਰ ਕੋ ਮੇਰੀ ਬੇਇੱਜ਼ਤੀ ਕਰਾਉਂਦੀ ਆ ਤੂੰ ਮੰਮੀ ਵੱਖ ਕਰਨ ਦੇ ਇਹ ਵੱਖ ਆ ਕੇ ਮੈਨੂੰ ਬੋਲਣ ਦੇ ਸੀ ਸਿਰਫ ਉਹ ਵੀ ਤੇਰੇ ਕਰਕੇ ਤੂੰ ਨੀਵਾਂ ਨਾ ਵਿਖਾਇਆ ਕਰ ਮੈਨੂੰ ਬਹੁਤਾ ਠੀਕ ਆ ਨਾ ਹਰ ਥਾਂ ਆਪ ਹੀ ਪ੍ਰਧਾਨ ਬਣਦੀ ਹੁੰਦੀ ਆ ਕਰ ਲਾ ਹੁਣ ਜਿਹੜਾ ਕੰਮ ਕਰਨਾ ਵਾ ਤੇ ਇਹਨਾਂ ਨੂੰ ਸਿਰ ਕਪਾਉਣ ਦਾ ਕੋਈ ਫਾਇਦਾ ਨਹੀਂ ਆ ਕੰਧ ਨਾ ਮੱਥਾ ਮਾਰ ਲਓ ਉਹ ਬਰਾਬਰ ਵਾ ਤੇਰੇ ਨੇ ਪਹਿਲਾਂ ਮੰਮੀ ਹੁਣਾਂ ਨੇ ਨਾ ਫੋਨ ਕਰਦੀ ਆ ਇਹਨਾਂ ਕਰਕੇ ਮੇਰੀ ਇੱਥੇ ਵਾਧੂ ਦੀ ਬੇਇੱਜ਼ਤੀ ਹੋਣਦੀ ਆ ਹੈਲੋ ਹਾਂਜੀ ਮੈਂ ਕੀ ਕਰਨ ਦੇ ਆ ਅੱਛਾ ਅੱਛਾ ਚਲੋ ਉਹ ਤਾਂ ਗੱਲ ਠੀਕ ਆ ਤੇ ਪਰ ਮੰਮੀ ਜੀ ਮੈਨੂੰ ਇੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਵਾ ਨਾ ਇੱਥੇ ਗੱਲ ਮੈਂ ਕਿਹੜੀ ਕਿ ਹੋਣੀ ਉਹ ਹੀ ਆਉਣ ਵੱਲੋਂ ਹੀ ਵੀ ਤੁਸੀਂ ਆਏ ਨਹੀਂ ਆ ਹਾਂਜੀ ਮੰਮੀ ਮੈਂ ਤਾਂ ਕਿਹਾ ਵੀ ਚਲੋ ਆ ਹੀ ਜਾਣਾ ਉਹਨਾਂ ਨੇ ਅੱਜ ਨਹੀਂ ਗਾ ਆਏ ਤੇ ਚੱਲ ਦੋ ਦਿਨ ਠਹਿਰ ਕੇ ਆ ਜਾਣਗੇ ਫਿਰ ਕੀ ਹੈ ਲੋਹੜੀ ਦਾ ਮਹੀਨਾ ਹੀ ਆ ਸਾਰਾ ਪਰ ਨਾ ਇਹ ਜੀ ਉਹਦੀ ਲੋਹੜੀ ਆ ਗਈ ਹੈ ਤੇ ਤੇਰੀ ਕਿਉਂ ਨਹੀਂ ਆਈ
ਤੇ ਮੈਂ ਚਲੋ ਹਰ ਸਾਲ ਆਉਂਦੀ ਰਹੀ ਆ, ਜੇ ਐਦਕਾਂ ਨਹੀਂ ਆਈ ਤਾਂ ਕੀ ਹੋ ਗਿਆ? ਇਹ ਤੂੰ ਵੱਡੀ ਸੀ, ਤੇਰੀ ਘਰ ਦੇ ਵਿੱਚ ਲੋਹੜੀ ਆਉਣੀ ਚਾਹੀਦੀ, ਉੱਦਾਂ ਹੀ ਉੱਦਾਂ ਹੀ। ਤੇ ਮੈਂ ਚਲੋ ਸਾਰਾ ਮਹੀਨਾ ਲੋਹੜੀ ਦਾ ਹੀ ਆ, ਵੀ ਅੱਜ ਨਹੀਂ ਆਇਆ ਜਾਊਗਾ ਤਾਂ ਹੋਰ ਦੋ ਦਿਨਾਂ ਨੂੰ ਆ ਜਾਣਗੇ। ਪਰ ਉਹਨਾਂ ਨੂੰ ਇਹੋ ਹੀ ਆ ਵੀ ਲੋਹੜੀ ਤੋਂ ਇੱਕ ਦਿਨ ਗੇਤਾ ਪਹਿਲਾਂ ਕਿਉਂ ਨਹੀਂ ਆਈ। ਮੰਮੀ ਜੀ, ਮੈਂ ਤਾਂ ਮੰਨਦੀ ਹਾਂ ਚਲੋ ਕੰਮ ਹੀ ਨਹੀਂ ਆਇਆ ਗਿਆ, ਪਰ ਇਹਨਾਂ ਨੂੰ ਕੌਣ ਸਮਝਾਵੇ ਹੁਣ? ਹਾਂਜੀ ਚਲੋ ਕੋਈ ਨਹੀਂ ਮੰਮੀ, ਜੇ ਟਾਈਮ ਲੱਗੂ ਆ ਜਾਓ, ਕੋਈ ਲੋੜ ਹੀ ਨਹੀਂ ਆਉਂਦੀ, ਜੇ ਟਾਈਮ ਹੋਊਗਾ ਤਾਂ ਆ ਜਾਓ, ਨਹੀਂ ਤਾਂ ਕੋਈ ਗੱਲ ਨਹੀਂ, ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈਗੀ। ਕੋਈ ਨਹੀਂ, ਗੱਲਾਂ 'ਚ ਵਾਧੂ ਕੋਈ ਵੱਧ ਘੱਟ ਕਰਨਗੇ ਨਾ ਕੋਈ, ਤਾਂ ਕੋਈ ਗੱਲ ਨਹੀਂ, ਫਿਰ ਸੁਣ ਲੈਣਗੇ ਮੇਰੇ ਕੋਲੋਂ ਵੀ। ਹਾਂਜੀ ਚਲੋ, ਉਹਦੀ ਤਾਂ ਮੰਮੀ ਪਹਿਲੀ ਲੋੜੀ, ਉਹਦੀ ਆਉਣੀ ਵੀ ਬਣਦੀ ਸੀ, ਫਰਜ਼ ਬਣਦਾ ਸੀ ਲਿਆਉਣ ਦਾ ਉਹਨਾਂ ਦਾ, ਜੇ ਤਾਂ ਇਹਨਾਂ ਨੂੰ ਨਹੀਂ ਮਿਲੀ ਤਾਂ ਇਹ ਗੱਲਾਂ ਕਰਦੇ। ਹਾਂਜੀ ਨਹੀਂ ਨਹੀਂ ਡੈਡੀ ਜੀ, ਉਹਨਾਂ ਨੇ ਕੋਈ ਵੀ ਗੱਲ ਕੀਤੀ, ਉਹਦੇ ਵਿਚਾਰਿਆਂ ਨੇ ਕੁਛ ਵੀ ਨਹੀਂ ਕਿਹਾ। ਮੰਮੀ ਨੂੰ ਮੈਂ ਚਲੋ ਪਹਿਲਾਂ ਦੱਸਤਾ ਸੀ ਪਹਿਲਾਂ ਵੀ ਇੱਦਾਂ ਕਰਕੇ ਮੈਂ ਇਹ ਕੰਮ ਪੈ ਗਿਆ ਉਹਨਾਂ ਨੂੰ, ਤਾਂ ਕਰਕੇ ਨਹੀਂ ਆਇਆ ਜਾਣਾ। ਹਾਂਜੀ ਇਹੀ ਡੇ ਹੀ ਆਣ ਕੇ ਬੋਲਣ, ਹੋਰ ਤਾਂ ਨਹੀਂ ਕੋਈ ਗੱਲ ਵੀ। ਹਾਂਜੀ ਚਲੋ ਕੋਈ ਨਹੀਂ ਮੰਮੀ, ਕੋਈ ਨਹੀਂ ਜਿੱਦਣ ਤੁਹਾਡਾ ਟਾਈਮ ਹੋਊਗਾ ਕੋਈ ਨਹੀਂ ਉੱਦਣ ਨੂੰ ਆ ਜਾਇਓ। ਹਾਂਜੀ ਚਲੋ ਠੀਕ ਵਾ, ਫਿਰ ਮੈਂ ਨਾ ਰੱਖਦੀ ਹਾਂ, ਕੋਈ ਨਹੀਂ ਕਰੂੰ ਬਾਅਦ 'ਚ। ਨਹੀਂ ਕੋਈ ਨਹੀਂ, ਗੱਲ ਜੇ ਕਰਨਗੇ ਕੋਈ ਨਹੀਂ ਦੱਸੂੰਗੀ ਮੈਂ ਤੁਹਾਨੂੰ। ਹਾਂਜੀ ਚਲੋ ਠੀਕ ਆ, ਮੈਂ ਰੱਖਦੀ ਹਾਂ, ਚੰਗਾ।